ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। SDM ਫਲੋਰ ਰਾਜੇਸ਼ ਸ਼ਰਮਾ ਵੱਲੋਂ ਅੱਜ ਬਿਲਗਾ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਸੁਣੀਆਂ। ਕਿਸਾਨਾਂ ਅਤੇ ਆੜ੍ਹਤੀਆਂ ਨੇ ਲਿਫਟਿੰਗ ਦੀ ਸਮੱਸਿਆ ਸੰਬੰਧੀ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਕਾਫੀ ਦਿਨਾਂ ਤੋਂ FCI ਖਰੀਦ ਕੰਪਨੀ ਵੱਲੋਂ ਕੋਈ ਵੀ ਲਿਫਟਿੰਗ ਨਹੀਂ ਕੀਤੀ ਜਾ ਰਹੀ, ਜਿਸ ਦੇ ਚੱਲਦਿਆਂ ਸਰਕਾਰੀ ਕਣਕ ਮੰਡੀਆਂ ਵਿੱਚ ਖੁੱਲ੍ਹੇ ਆਸਮਾਨ ਹੇਠਾਂ ਪਈ ਹੋਈ ਹੈ ਅਤੇ ਮੌਸਮ ਖਰਾਬ ਹੋਣ ਕਰਕੇ ਸਰਕਾਰ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਸਕਦਾ ਹੈ। SDM ਫਲੋਰ ਨੇ ਆੜ੍ਹਤੀਆਂ ਨੂੰ ਭਰੋਸਾ ਦਵਾਇਆ ਕਿ ਸਾਰੀ ਦੀ ਸਾਰੀ ਕਣਕ ਕੰਟੇਨਰਾਂ ਨਾਲ ਚੁੱਕੀ ਜਾਵੇਗੀ। ਉਹਨਾਂ ਕਿਹਾ ਕਿ FCI ਵੱਲੋਂ ਜਲਦ ਹੀ 50 ਟਰੱਕ ਭੇਜੇ ਜਾਣਗੇ, ਜਿਸ ਨਾਲ ਹਰ ਰੋਜ਼ 20,000 ਕੁਇੰਟਲ ਕਣਕ ਚੁੱਕੀ ਜਾਵੇਗੀ। ਉਹਨਾਂ ਕਿਹਾ ਕਿ ਖਰਾਬ ਮੌਸਮ ਦੇ ਚੱਲਦਿਆਂ 10 ਮਈ ਤੱਕ ਸਾਰੀ ਕਣਕ ਚੁੱਕ ਦਿੱਤੀ ਜਾਵੇਗੀ। ਬਿਲਗਾ ਤੋਂ ਦਵਿੰਦਰ ਸਿੰਘ ਜੌਹਲ ਦੀ ਰਿਪੋਰਟ। ਅੱਜ ਮੈਂ ਮੰਡੀਆਂ ਚੈੱਕ ਕਰਨ ਆਇਆ ਸੀ ਅਤੇ ਮੈਂ ਪਹਿਲੇ ਫਲੋਰ ਮੰਡੀ ਵੀ ਚੈੱਕ ਕੀਤੀ ਸੀ, ਅਪਰਾ ਮੰਡੀ ਵੀ ਚੈੱਕ ਕੀਤੀ ਹੈ ਅਤੇ ਹੁਣ ਬਿਲਗਾ ਮੰਡੀ 'ਚ ਆਇਆ ਸੀ। ਇੱਥੇ ਮਾਲ ਬਹੁਤ ਜ਼ਿਆਦਾ ਆ ਗਿਆ ਔਰ ਮਾਰਕਫੈਡ ਵੱਲੋਂ ਔਰ FCI ਵੱਲੋਂ ਲਿਫਟਿੰਗ ਬਹੁਤ ਘੱਟ ਹੋ ਰਹੀ ਹੈ ਔਰ ਇਸ ਦੇ ਨਾਲ ਮੰਡੀ ਦੇ ਵਿੱਚ ਬਿਲਕੁਲ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਹੈ। ਮੇਰੀ DM ਮਾਰਕਫੈਡ ਸਾਹਿਬ ਨਾਲ ਵੀ ਗੱਲ ਹੋਈ ਹੈ ਔਰ ਉਹਨਾਂ ਦੇ ਇੰਸਪੈਕਟਰ ਨਾਲ ਵੀ ਗੱਲ ਹੋਈ ਸੀ, ਉਹ ਅੱਜ 50 ਟਰੱਕ ਤਾਂ ਹੁਣੇ ਭੇਜ ਦੇਣਗੇ। ਉਹਨਾਂ ਨੂੰ ਮੈਂ ਇਹੋ ਇੰਸਟਰਕਸ਼ਨ ਦਿੱਤੀ ਹੈ ਵੀ ਘੱਟ ਤੋਂ ਘੱਟ 20,000 ਕੁਇੰਟਲ 3 ਦਿਨ ਦੇ ਅੰਦਰ ਇਹ ਫ੍ਰੀ ਹੋਣੀ ਚਾਹੀਦੀ ਹੈ। ਉਹਨਾਂ ਨੇ ਮੈਨੂੰ ਇਨਸ਼ੋਰ ਕੀਤਾ ਕਿ 10 ਤਰੀਕ ਨੂੰ ਤਾਂ ਮੰਡੀ ਅਸੀਂ ਬਿਲਕੁਲ ਨੇਲ ਕਰ ਦਿਆਂਗੇ, ਸਾਰਾ ਮਾਲ ਚੁੱਕ ਲਾਂਗੇ। ਪਰ ਮੈਂ ਉਹਨਾਂ ਨੂੰ ਕਿਹਾ ਕਿਉਂਕਿ ਵੈਦਰ ਇਸ ਤਰ੍ਹਾਂ ਦਾ, ਪਤਾ ਹੀ ਨਹੀਂ ਕਿਹੜੇ ਵੇਲੇ ਬਾਰਿਸ਼ ਆ ਜਾਏ ਅੱਜ ਕੱਲ੍ਹ, ਇਸ ਕਰਕੇ 2 ਦਿਨ 'ਚ ਉਹਨਾਂ ਨੂੰ ਇਹ ਟਾਰਗੇਟ ਦਿੱਤਾ ਹੈ ਕਿ 20,000 ਕੁਇੰਟਲ ਜਿਹੜਾ ਮਾਲ ਚੁੱਕਿਆ ਜਾਣਾ ਚਾਹੀਦਾ ਉਹਨਾਂ ਵੱਲੋਂ। ਔਰ ਮੈਨੂੰ ਇਹ ਹੈ ਵੀ ਹੈ ਵੀ ਮਾਲ ਕਾਫੀ ਚੁੱਕਿਆ ਜਾਏਗਾ ਔਰ ਇਸੇ ਤਰ੍ਹਾਂ ਮੈਂ ਇਹਨਾਂ ਨੂੰ FCI ਨੂੰ ਵੀ ਕਿਹਾ, ਇਹਨਾਂ ਦੇ ਇੰਸਪੈਕਟਰ ਸਾਹਿਬ ਵੀ ਆਏ ਨੇ, ਇਹਨਾਂ ਦੇ DM ਸਾਹਿਬ ਨਾਲ ਵੀ ਮੇਰੀ ਗੱਲ ਹੋਈ ਸੀ। ਇਹਨਾਂ ਨੂੰ ਵੀ ਕਿਹਾ ਵੀ ਜਦੋਂ ਤੱਕ ਕੋਈ ਸਪੈਸ਼ਲ ਨਹੀਂ ਆਉਂਦੀ ਕੰਟੇਨਰ ਵਗੈਰਾ ਲਗਾ ਕੇ ਮਾਲ ਇੱਥੋਂ ਚੁੱਕਿਆ ਜਾਵੇ ਤਾਂ ਕਿ ਕੱਲ੍ਹ ਨੂੰ ਜਿਹੜਾ ਮਾਲ ਇੱਥੇ ਪਿਆ ਉੱਪਰ ਦੇ ਵਿੱਚ ਕੋਈ ਬਾਰਿਸ਼ ਦੇ ਵਿੱਚ ਖਰਾਬ ਨਾ ਹੋਵੇ, ਕਿਉਂਕਿ ਜੇ ਮਾਲ ਖਰਾਬ ਹੁੰਦਾ ਕਿਸੇ ਵੀ ਏਜੰਸੀ ਕਰਕੇ ਉਹਦੇ ਨਾਲ ਕਰੋੜਾਂ ਰੁਪਏ ਦਾ ਜਿਹੜਾ ਲੌਸ ਹੈ ਉਹ ਸਰਕਾਰ ਦਾ ਹੋਏਗਾ, ਉਹ ਫਿਰ ਸਾਰੀ ਰਿਸਪੋਂਸੀਬਿਲਟੀ ਜਿਹੜੀ ਹੈ ਉਹ ਇਹਨਾਂ ਏਜੰਸੀਆਂ 'ਤੇ ਆਏਗੀ। ਇਸ ਕਰਕੇ ਸਾਡੀ ਕੋਸ਼ਿਸ਼ ਹੈ ਵੀ ਜਲਦੀ ਤੋਂ ਜਲਦੀ ਇਹ ਮਾਲ ਇੱਥੋਂ ਚੁਕਾਇਆ ਜਾਵੇ। ਨੇ ਖਰੀਦ ਬਾਰੇ ਹੁਣ ਇਹ ਰੈਗੂਲਰ ਚੱਲ ਰਹੀ ਹੈ, ਸਟਾਰਟਿੰਗ 'ਚ ਜਿਹੜੀ ਪ੍ਰੋਬਲਮ ਆਈ ਸੀਗੀ ਉਸ ਤੋਂ ਬਾਅਦ ਜਿਹੜੀ ਵੀ ਮੈਂ ਮੰਡੀ ਗਿਆ ਉਹਨਾਂ ਨੇ ਇਹ ਕਿਹਾ ਵੀ ਖਰੀਦ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ, ਕੁਛ ਜਗ੍ਹਾ 'ਤੇ ਬਾਰਦਾਨਾ ਜ਼ਰੂਰ ਘੱਟ ਸੀ ਉਹ ਪ੍ਰੋਵਾਈਡ ਕਰਾ ਦਿੱਤਾ ਗਿਆ, ਇੱਥੇ ਵੀ ਇਹ ਆਈ ਸੀ ਵੀ ਬਾਰਦਾਨਾ ਘੱਟ ਹੈ ਇਹ ਪ੍ਰੋਬਲਮ ਆਈ ਸੀਗੀ। ਪਰ ਫਿਰ ਮੇਰੀ DM ਸਾਹਿਬ ਨਾਲ ਗੱਲ ਹੋ ਗਈ ਹੈ, ਇੱਥੇ 2 ਘੰਟੇ ਦੇ ਅੰਦਰ ਅੰਦਰ ਬਾਰਦਾਨਾ ਆ ਜਾਏਗਾ ਔਰ ਅਸੀਂ ਇਨਸ਼ੋਰ ਕਰਾਂਗੇ ਵੀ ਖਰੀਦ ਵੀ ਪ੍ਰੋਪਰ ਚੱਲੇ, ਕਿਸਾਨ ਨੂੰ ਪੇਮੈਂਟ ਵੀ ਹੋਵੇ ਔਰ ਲਿਫਟਿੰਗ ਵੀ ਪ੍ਰੋਪਰ ਹੋਵੇ। ਅਤੇ ਪੇਮੈਂਟ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ? ਨਾ, ਪੇਮੈਂਟ ਵੱਲੋਂ ਕੋਈ ਪ੍ਰੋਬਲਮ ਨਹੀਂ, ਸਾਡੀ CC ਲਿਮਿਟ ਬਣੀ ਹੋਈ ਹੈ, ਕਿਸੇ ਵੀ ਕਿਸਾਨ ਨੇ ਮੈਨੂੰ ਨਹੀਂ ਦੱਸਿਆ ਵੀ ਸਾਨੂੰ ਕੋਈ ਪ੍ਰੋਬਲਮ ਆ ਰਹੀ ਹੈ।